ਐਮਐਲਏ ਅਮਰੋੜਾ ਨੂੰ ਅਸੀਂ ਕਿਰਤੀ ਕਿਸਾਨ ਯੂਨੀਅਨ ਨੂੰ ਕੱਲੋਂ ਕਹਿੰਦੇ ਹਾਂ, ਤੈਨੂੰ ਵੈਸੀ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਤੇਰੇ ਤੋਂ ਕੱਲੇ ਕੱਲੇ ਪਿੰਡ ਦਾ ਹਿਸਾਬ ਲਵਾਂਗੇ। ਤੈਨੂੰ ਪੁੱਛਾਂਗੇ ਕਿ ਕਾਗਜ਼ ਰੱਦ ਕਿਵੇਂ ਕਰਾਈਦੇ ਆ, ਇਹਨਾਂ ਦਾ ਹਿਸਾਬ ਆ ਜਿਹੜਾ ਆਉਣ ਵਾਲੀ 2027 ਦੇ ਵਿੱਚ ਲਵਾਂਗੇ, ਕਿ ਜਿਹੜਾ ਮੈਡਮ ਦੇ ਕੋਲ ਲਿਫਾਫਾ ਫੜਾਇਆ ਆਉਂਦਾ ਉਹਦੇ ਕਾਗਜ਼ ਸਹੀ ਹੋ ਜਾਂਦੇ ਆ, ਜਿਹਦਾ ਲਿਫਾਫਾ ਉੱਥੇ ਨਹੀਂ ਪਹੁੰਚਦਾ ਉਹਦੇ ਕਾਗਜ਼ ਰੱਦ ਕਰਾ ਦਿੰਦੇ ਆ। ਜੇ ਮਰਦ ਦੇ ਪੁੱਤ ਵਾਕਿਆ ਤੁਹਾਡੀਆਂ ਲੱਤਾਂ ਭਾਰ ਚੱਲਦੀਆਂ, ਫਿਰ ਚੋਣਾਂ ਲੜੋ, ਤੁਹਾਨੂੰ ਅਗਲੇ ਵਿਖਾਉਣਗੇ ਕਿਵੇਂ ਖੁੱਡਾਂ ਦੇ ਵਿੱਚ ਵਾੜਦੇ ਆ। ਅਕਾਲੀਆਂ ਨੇ ਵੀ ਕਾਗਜ਼ ਫਾਈਲਾਂ ਲੋਕਾਂ ਦੀਆਂ ਰੋਕੀਆਂ, ਕਾਂਗਰਸੀਆਂ ਨੇ ਵੀ ਰੋਕੀਆਂ, ਧੱਕਾ ਕੀਤਾ। ਤੁਹਾਨੂੰ ਕਾਹਦੇ ਹੱਥੇ ਚੁਣਿਆ ਸੀ? ਤੁਸੀਂ ਬਦਲਾਅ ਲੈ ਕੇ ਆਏ ਸੀ, ਤੁਸੀਂ ਤਾਂ ਫਿਰ ਆਪਦੇ ਮੂੰਹ ਹੀ ਮੰਨੀ ਜਾਂਦੇ ਆ ਕਿ ਬਦਲਾਅ ਅਸੀਂ ਨਹੀਂ ਕੁਛ ਕੀਤਾ। ਅਕਾਲੀ ਦਲ ਨੂੰ ਆਉਂਦਾ ਕਿ ਸਕੂਟਰ 'ਤੇ ਜਾਵੜਿਆ ਕਰੋ, ਇਹਨੇ ਸਾਈਕਲ 'ਤੇ ਜਾਣ ਵਾਲੇ ਕਰਦੇ ਨੇ ਲੋਕਾਂ ਨੇ, ਇਹਨਾਂ ਕੋਲ ਸਕੂਟਰ ਵੀ ਨਹੀਂ ਰਹਿਣਾ। ਅਕਾਲੀਆਂ ਕਾਂਗਰਸੀਆਂ ਨੇ ਸਰਕਾਰੀ ਦਾਇਰੇ ਦੇ ਵਿੱਚ ਰਹਿ ਕੇ ਗੋਲੀਆਂ ਨਹੀਂ ਚਲਾਈਆਂ ਸੀ, ਇਹਨਾਂ ਨੇ ਸਰਕਾਰੀ ਦਾਇਰੇ ਦੇ ਵਿੱਚ ਮੌਜੂਦਗੀ ਪੁਲਿਸ ਦੀ ਵਿੱਚ ਗੋਲੀਆਂ ਚਲਾਈਆਂ, ਲੋਕਾਂ ਦੇ ਪੇਪਰ ਖੋਹ ਕੇ ਹੱਥਾਂ ਦੇ ਵਿੱਚੋਂ ਪਾੜੇ ਗਏ ਆ। ਮੋਹਰ ਉਹਨਾਂ ਨੂੰ ਮਿਲ ਜੂਗੀ, ਸੈਨ ਉਹਨਾਂ ਚੱਲਣਗੇ, ਪਰ ਸੈਨ ਕਰਵਾਉਣ ਮੋਹਰ ਲਵਾਉਣ ਨਾ ਜਾਓਗੇ ਉਹਨਾਂ ਕੋਲ? ਸਰਪੰਚ ਜਦੋਂ ਮੰਨਾਂਗੇ ਹੀ ਨਾ ਤੇ ਅਸੀਂ ਮੋਹਰ ਕੀ ਲਾਉਣ ਜਾਵਾਂਗੇ? ਸਾਡੀਆਂ ਹਜੇ ਲੱਤਾਂ ਦੇ ਵਿੱਚ ਵੀ ਜਾਨ ਆ ਤੇ ਸਾਡੇ ਦਹਿਲ ਆ ਜਿਹੜੇ ਉਹ ਵੀ ਬੱਬਰ ਸ਼ੇਰਾਂ ਵਰਗੇ ਆ, ਅਸੀਂ ਲਗੌੜਾਂ ਤੋਂ ਡਰਨ ਵਾਲੇ ਲੋਕ ਨਹੀਂ। ਜਿਹੜਾ ਮੁੱਖ ਮੰਤਰੀ ਆਂਦਾ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਵਾ ਦੂੰਗਾ, ਅੱਜ ਉਸ ਮੁੱਖ ਮੰਤਰੀ ਨੇ ਪੰਜਾਬ ਦੀ ਤਬਾਹੀ ਆ ਜਿਹੜੀ ਪੂਰੀ ਠਾ ਕੇ ਰੱਖ ਦਿੱਤੀ ਆ। ਇਹ ਸਰਕਾਰ ਆ ਜਿਹੜਾ 84 ਵਾਲਾ ਮਾਹੌਲ ਪੰਜਾਬ ਦਾ ਨਾ ਕਰ ਦੇਵੇ, ਕਿਉਂਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਲੋਕਵਾਈ ਟੀਵੀ ਨਾਲ ਜੁੜੇ ਹੋ ਤੁਸੀਂ, ਮੈਂ ਮੁਮਤਾਜ। ਮੋਗਾ ਦੇ ਡੀਸੀ ਦਫ਼ਤਰ ਦੇ ਬਾਹਰ ਪਿੰਡਾਂ ਦੇ ਲੋਕ ਆ ਕੇ ਬਹਿ ਗਏ, ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਸਰਪੰਚੀ ਵਾਲੇ, ਕਿਉਂਕਿ ਕਾਗਜ਼ ਵੱਡੇ ਪੱਧਰ ਉੱਤੇ ਰੱਦ ਹੋਏ। ਜੇਕਰ 10 ਫਾਈਲਾਂ ਦਸਾਂ ਵਿੱਚੋਂ 9-9 ਫਾਈਲਾਂ ਰੱਦ ਹੋ ਗਈਆਂ, ਜਿਹੜੀ ਮੰਨੀ ਗਈ ਹੈ ਫਾਈਲ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਹੈ। ਗੱਲਬਾਤ ਕਰਦੇ ਹਾਂ ਇੱਥੇ ਪਹੁੰਚੇ ਹੋਏ ਲੋਕਾਂ ਦੇ ਨਾਲ, ਨਾਲ ਕੁਲਦੀਪ ਖੁਖਰਾਣਾ ਵੀ ਪਹੁੰਚੇ। ਬਾਈ, ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਜਿਹੜੀਆਂ ਫਾਈਲਾਂ ਰੱਦ ਹੋਈਆਂ, ਕਾਰਨ ਕੀ ਹੈ ਉਹਨਾਂ ਦਾ? ਬਾਈ ਜੀ, ਸਭ ਤੋਂ ਪਹਿਲਾਂ ਤਾਂ ਲੋਕ ਵਾਇ ਟੀਵੀ ਦਾ ਧੰਨਵਾਦ ਕਰਦੇ ਹਾਂ, ਪੂਰੀ ਟੀਮ ਦਾ, ਕਿ ਜਿਹੜੇ ਦਿਨ ਭਰ ਰਾਤ ਲੋਕਾਂ ਨੂੰ ਸੱਚ ਵਿਖਾ ਰਹੇ ਆ ਅਤੇ ਸਰਕਾਰ ਦੀ ਸਲੀਤ ਦੱਸ ਰਹੇ ਆ। ਅੱਜ ਅਸੀਂ ਧਰਨਾ ਇਸ ਕਰਕੇ ਲਾਇਆ ਕਿ ਪਿੰਡ ਕੱਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਗਜ਼ ਛੱਡ ਕੇ ਦੂਜੇ ਚਾਹੇ ਕਾਂਗਰਸੀਆਂ ਨੇ ਭਰੇ ਸੀ, ਚਾਹੇ ਅਕਾਲੀ ਦਲ ਨੇ ਭਰੇ ਸੀ, ਚਾਹੇ ਕਿਸੇ ਨੇ ਕਿਸਾਨ ਯੂਨੀਅਨ ਵੱਲੋਂ ਭਰੇ ਸੀ, ਉਹਨਾਂ ਦੇ ਸਾਰਿਆਂ ਦੇ ਕਾਗਜ਼ ਰੱਦ ਕਰ ਦਿੱਤੇ ਅਤੇ ਇਕੱਲੇ ਆਮ ਆਦਮੀ ਪਾਰਟੀ ਦੇ ਕਾਗਜ਼ ਰਹਿ ਗਏ, ਅਤੇ ਉਹ 100 ਕੁ ਬੰਦੇ ਨੇ, 200 ਬੰਦੇ ਨੇ ਆਪਦਾ ਚੁਣ ਕੇ ਆ ਜਿਹੜਾ ਪਿੰਡ ਦਾ ਸਰਪੰਚ ਸਰਬਸੰਮਤੀ ਦੇ ਨਾਲ ਬਣਾ ਲਿਆ। ਵਿਆਹ ਤਾਂ ਅੱਜ ਇੱਕ ਪਿੰਡ ਦੀ ਸੀ, ਪਰ ਇੱਥੇ ਕਈ 8 ਤੋਂ 10 ਪਿੰਡ ਇੱਥੇ ਪਹੁੰਚ ਚੁੱਕੇ ਆ, ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਧਰਨਾ ਲੱਗਿਆ, ਅਤੇ ਕਿਰਤੀ ਕਿਸਾਨ ਯੂਨੀਅਨ ਵੀ ਅਗਵਾਈ ਕਰ ਰਹੀ ਹੈ ਉਸ ਧਰਨੇ ਦੀ, ਅਤੇ ਲੋਕ ਵੱਡੀ ਪੱਧਰ 'ਤੇ ਆ ਜਿਹੜੇ ਡੀਸੀ ਦਫ਼ਤਰ ਦੇ ਬਾਰ ਮੂਹਰੇ ਪਹੁੰਚਣੇ ਸ਼ੁਰੂ ਹੋ ਗਏ ਆ। ਇੱਥੋਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਿਰੇ ਦੀ ਕਰਪਟ ਸਰਕਾਰ ਪੰਜਾਬ ਦੇ ਵਿੱਚ 2.5 ਸਾਲਾਂ ਦੀ ਪੈਦਾ ਹੋਈ ਆ। ਜਿਹੜਾ ਮੁੱਖ ਮੰਤਰੀ ਆਉਂਦਾ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਵਾ ਦੂੰਗਾ, ਅੱਜ ਉਸ ਮੁੱਖ ਮੰਤਰੀ ਨੇ ਪੰਜਾਬ ਦੀ ਤਬਾਹੀ ਆ ਜਿਹੜੀ ਪੂਰੀ ਠਾ ਕੇ ਰੱਖ ਦਿੱਤੀ ਆ। ਇਹਨਾਂ ਚੋਣਾਂ ਦੇ ਵਿੱਚੋਂ ਸਭ ਤੋਂ ਵੱਡਾ ਲੋਕਤੰਤਰ ਦੇ ਵਿੱਚ ਚੋਣਾਂ ਦਾ ਅਧਿਕਾਰ ਆ, ਇਹਨਾਂ ਚੋਣਾਂ ਦੇ ਨਾਲ ਐਮਐਲਏ ਬਣਦੇ ਆ, ਐਮਐਲਏ ਤੋਂ ਅਗਾਂਹ ਮੁੱਖ ਮੰਤਰੀ ਬਣਦਾ, ਪ੍ਰਧਾਨ ਮੰਤਰੀ ਤੱਕ ਇਹਨਾਂ ਚੋਣਾਂ ਦੇ ਨਾਲ ਬਣਦੇ ਆ। ਪਰ ਅਫਸੋਸ ਇੱਥੇ ਇਹ ਆ ਰਿਹਾ ਕਿ ਪਿੰਡਾਂ ਦੇ ਭਾਈਚਾਰੇ ਦੇ ਵਿੱਚ ਐਡਾ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਇਸ ਪਾਰਟੀ ਨੇ,
ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਰਹਿ ਗਏ, ਦੂਜੇ ਦੋਨਾਂ ਧੜਿਆਂ ਦੇ ਜਾਂ ਤਿੰਨਾਂ ਦੇ ਕਾਗਜ਼ ਰੱਦ ਹੋ ਗਏ, ਪਿੰਡਾਂ ਦੇ ਵਿੱਚ ਲੜਾਈਆਂ ਹੋ ਰਹੀਆਂ, ਇੰਨਾ ਬੁਰਾ ਹਾਲ ਕਰਤਾ ਆਮ ਆਦਮੀ ਪਾਰਟੀ ਨੇ। ਸੋ ਭਗਵੰਤ ਮਾਨ ਨੂੰ ਆਪ ਇਸ ਚੀਜ਼ ਦੀ ਸਮਝ ਚਾਹੀਦੀ ਆ ਕਿ ਮੈਂ ਪਹਿਲਾਂ ਸੁਖਬੀਰ ਬਾਦਲਕਿਆਂ ਨੂੰ ਕਹਿੰਦਾ ਸੀ, ਕਾਂਗਰਸੀਆਂ ਨੂੰ ਕਹਿੰਦਾ ਸੀ ਵੀ ਰੋੜਾ ਤਾਂ ਰੋੜਾ ਹੋਤਾ, ਹੁਣ ਰੋੜੇ ਤੁਹਾਡੇ ਪੈਣੇ ਆ ਪਿੰਡਾਂ ਦੇ ਵਿੱਚੋਂ। ਜਿਹੜੀ MLA ਅਮਨ ਰੋੜਾ ਮੈਡਮ ਜੀ, ਉਹਨੇ ਕਾਗਜ਼ ਆਪਦੇ ਬੰਦਿਆਂ ਦੇ ਜਮ੍ਹਾਂ ਕਰਵਾਏ, ਦੂਜਿਆਂ ਦੇ ਰੱਦ ਕਰਾਏ ਆ, ਅਤੇ MLA ਅਮਨ ਰੋੜਾ ਨੂੰ ਅਸੀਂ ਕਿਰਤੀ ਕਿਸਾਨ ਯੂਨੀਅਨ ਕੱਲੋਂ ਕਹਿੰਦੇ ਹਾਂ ਕਿ BJP ਨੂੰ ਭਜਾਇਆ ਪਿੰਡਾਂ ਦੇ ਵਿੱਚੋਂ, ਪਿੰਡਾਂ ਦੇ ਵਿੱਚ ਹੰਸਰਾਜ ਨੂੰ ਵੜ ਨਹੀਂ ਦਿੱਤਾ, ਅਤੇ ਉਹ ਹਾਲ ਤੇਰਾ ਹੋਣਾ ਬਲਾਕ 2 ਦੇ ਵਿੱਚ, ਤੈਨੂੰ ਵੈਸੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਤੇਰੇ ਤੋਂ ਇਕੱਲੇ ਇਕੱਲੇ ਪਿੰਡ ਦਾ ਹਿਸਾਬ ਲਵਾਂਗੇ, ਤੈਨੂੰ ਪੁੱਛਾਂਗੇ ਕਿ ਕਾਗਜ਼ ਰੱਦ ਕਿਵੇਂ ਕਰਾਈਦੇ ਆ, ਇਹਨਾਂ ਦਾ ਹਿਸਾਬ ਆ ਜਿਹੜਾ ਆਉਣ ਵਾਲੀ 2027 ਦੇ ਵਿੱਚ ਲਵਾਂਗੇ। ਕੀ ਲੱਗਦਾ ਵੀ ਸਰਪੰਚ ਜੇਕਰ ਹੁੰਦੀ ਆ ਮੁਕਾਬਲਾ ਹੁੰਦਾ ਤਾਂ ਜਿੱਤ ਨਹੀਂ ਸਕਦੇ, ਤਾਂ ਕਰਕੇ ਐਂ ਕਰ ਰਹੇ ਆ? ਬਿਲਕੁਲ, ਜੇ ਲੱਤਾਂ ਭਾਰ ਚੱਲਦੀਆਂ ਹੋਣ ਅਤੇ ਮੁਕਾਬਲੇ ਦੇ ਵਿੱਚ ਹੁਣ ਇਹਨਾਂ ਨੂੰ ਪਤਾ ਕਿ ਅਸੀਂ ਕਰਪਟ ਕੀਤਾ, ਲੋਕਾਂ ਤੋਂ ਕਰਪਸ਼ਨ ਆ ਜਿਹੜੀ ਵੱਡੇ ਪੱਧਰ 'ਤੇ ਲਈ ਆ, ਨਸ਼ਾ ਚਿੱਟਾ ਜਿਹੜਾ ਵੱਡੇ ਪੱਧਰ 'ਤੇ ਅੱਗੇ ਨਾਲੋਂ ਵਧਿਆ, ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਵੀ ਸੜਕ, ਇੱਕ ਵੀ ਹਸਪਤਾਲ, ਇੱਕ ਵੀ ਸਕੂਲ ਇਹਨਾਂ ਤੋਂ ਸੁਧਰਿਆ ਨਹੀਂ ਗਾ, ਲੋਕਾਂ ਦਾ ਇੱਕ ਵੀ ਕੰਮ ਆ ਜਿਹੜਾ ਕੀਤਾ ਨਹੀਂ, ਅਤੇ ਵੋਟਾਂ ਨਾਲ ਕਿਵੇਂ ਜਿੱਤਣਗੇ? ਜਿਹੋ ਜਿਹੇ ਇਹ ਆ ਉਹੋ ਜਿਹੇ ਇਹਨਾਂ ਦੇ ਪਿੰਡਾਂ ਦੇ ਸਰਪੰਚ ਹੋਣਗੇ, ਕਿਉਂਕਿ ਜਦੋਂ ਸਰਕਾਰ ਦਾ ਸੁਪਰੀਮੋ ਜਿਹੜਾ ਉਹ ਕਰਪਟ ਹੋਵੇ ਅਤੇ ਇਸਲਿਆਂ 'ਤੇ ਉਹਨੂੰ ਵੇਖ ਕੇ ਹੋਣਾ ਹੀ ਆ। ਸੋ ਇਸ ਕਰਕੇ ਕਰਪਟ ਲੋਕਾਂ ਨੂੰ ਇੱਥੋਂ ਚੱਲਦਾ ਕਰਨਾ ਚਾਹੀਦਾ, ਇਹਨਾਂ ਦਾ ਟਾਈਮ ਜਿਹੜਾ ਆ ਚੁੱਕਿਆ। ਅਸੀਂ ਤਾਂ ਇੱਥੋਂ ਤੱਕ ਕਹਿੰਦੇ ਹਾਂ ਕਿ ਚੋਣਾਂ ਦੀ ਡੇਟ ਆ ਜਿਹੜੀ ਵਧਾਈ ਜਾਵੇ, ਹਰ ਇੱਕ ਬੰਦੇ ਦੇ ਕਾਗਜ਼ ਜਿਹੜੇ ਭਰਾਏ ਜਾਣ ਉਹਨੂੰ ਲੜਨ ਦਾ ਅਧਿਕਾਰ ਆ, ਜੇ ਨਹੀਂ ਤਾਂ ਜਿਹੜੇ ਲੋਕਾਂ ਦੇ ਕਾਗਜ਼ ਰੱਦ ਕੀਤੇ ਆ ਜਾਂ ਜਿਨ੍ਹਾਂ ਦੇ ਪਾੜੇ ਆ ਉਹਨਾਂ ਦੇ ਦੁਬਾਰਾ ਜਮ੍ਹਾਂ ਕਰਾਏ ਜਾਣ ਅਤੇ ਉਹਨਾਂ ਨੂੰ ਚੋਣ ਦੇ ਵਿੱਚ ਉਤਾਰਿਆ ਜਾਵੇ। ਸੁਣਨ ਨੂੰ ਮਿਲਿਆ ਇੱਥੇ ਕਹਿੰਦੇ ਕਿ ਸਰਪੰਚੀ ਵਿੱਚ ਵੀ ਗਈ, ਕਿਤੇ ਆ ਕੁਝ ਵੀ ਹੋਇਆ, ਪੈਸੇ ਵੀ ਲੈ ਗਏ? ਹਾਂ, 35-35 40-40 ਲੱਖ ਘੱਲਾਂ ਦੇ ਵਿੱਚ ਹੀ ਆਵਾਜ਼ ਆ ਰਹੀ ਆ ਕਿ 35-40 ਲੱਖ ਰੁਪਈਆ ਲਿਆ, ਇਹ ਆਮ ਗੱਲ ਹੋ ਗਈ ਆ। ਹੁਣ ਇੱਥੋਂ ਤੱਕ ਆ ਕਿ ਇਹੋ ਜਿਹੇ ਮੁਲਾਜ਼ਮ ਆ ਉਹਨਾਂ ਨੇ ਜਦੋਂ ਕਾਗਜ਼ ਰੱਦ ਕਰਨ ਜਾਂਦੀ ਹੈ MLA, ਮੁਲਾਜ਼ਮ ਵੀ ਅੰਦਰ ਪੈਸੇ ਲੈਂਦੇ ਆ, ਉਹ ਪਤਾ ਵੀ ਇਸ ਬੰਦੇ ਦੇ ਕਾਗਜ਼ ਰੱਦ ਕਰਾਉਣ ਆਉਣੇ ਮੈਡਮ ਨੇ, ਉਹ ਫਾਈਲ ਚੱਕ ਕੇ ਆਪਣੇ ਬੈਗ ਦੇ ਵਿੱਚ ਪਾ ਲੈਂਦੇ ਜਿਹਨੇ ਪੈਸੇ ਦਿੱਤੇ ਆ, ਜਦੋਂ ਉੱਠ ਜਾਂਦੀ ਆ ਉਹ ਫਾਈਲ ਵਿੱਚ ਫੇਰ ਲਾ ਦਿੰਦੇ ਆ, ਉਹ ਫਾਈਲ ਗਾਂ ਜਾ ਵੜਦੇ ਆ। ਅਤੇ ਜੇ ਉਹ ਬਾਈ ਚਾਂਸ ਉਹਨਾਂ ਨੇ ਬਚਾ ਕੇ ਉਹ ਫਾਈਲ ਜਮ੍ਹਾਂ ਵੀ ਹੋ ਗਈ, ਲਿਸਟ ਕੱਚੀ ਜਾਰੀ ਹੋ ਗਈ ਆ, ਕੱਚੀਆਂ ਲਿਸਟਾਂ ਹੁਣ ਗਾਇਬ ਹੋ ਰਹੀਆਂ, ਹੁਣ ਕੱਚੀਆਂ ਲਿਸਟਾਂ ਦੇ ਵਿੱਚੋਂ ਵੀ ਬੰਦੇ ਕੱਢੇ ਜਾ ਰਹੇ ਆ, ਇਹ ਬਹੁਤ ਵੱਡਾ ਹਗਾਮਾ ਇਸ ਪੰਜਾਬ ਦੇ ਵਿੱਚ ਹੋਣ ਵਾਲਾ। ਇਸ ਕਰਕੇ ਸਾਨੂੰ ਤਾਂ ਚਿੰਤਾ ਇਹ ਬਣੀ ਆ ਕਿ ਇਹ ਸਰਕਾਰ ਆ ਜਿਹੜਾ 84 ਵਾਲਾ ਮਾਹੌਲ ਪੰਜਾਬ ਦਾ ਨਾ ਕਰ ਦੇਵੇ, ਕਿਉਂਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਅੱਗੇ ਸਭ ਤੋਂ ਵੱਧ ਅਸੀਂ ਆਪਣਾ ਘਰ ਮਹਿਸੂਸ ਕਰਦੇ ਹਾਂ, ਜਦੋਂ ਬੰਦਾ ਬਾਹਰੋਂ ਡਰਦਾ ਡਰਾਉਂਦਾ ਆਪਦੇ ਘਰ ਜਾਂਦਾ, ਉਦੋਂ ਅਗਲਾ ਕਹਿੰਦਾ ਕਿ ਮੇਰਾ ਘਰ ਘਰੇ ਵੜ ਗਿਆ ਅਤੇ ਮੈਂ ਹੁਣ ਬਿਲਕੁਲ ਸੇਫ ਹਾਂ। ਜੇ ਦੁਕਾਨ ਦੇ ਵਿੱਚ ਬੰਦਾ ਦੁਕਾਨਦਾਰ ਉਹ ਆਪਣੀ ਦੁਕਾਨ ਦੇ ਵਿੱਚ ਜਾ ਕੇ ਆਪਦੇ ਆਪ ਨੂੰ ਸੇਫ ਮਹਿਸੂਸ ਕਰਦਾ, ਹੁਣ ਤਾਂ ਦੋਨੇ ਚੀਜ਼ਾਂ ਹੀ ਨਹੀਂ ਸੇਫ ਰਹਿ ਗਈਆਂ, ਨਾ ਘਰ ਸਾਡੇ ਸੇਫ ਰਹਿ ਗਏ, ਘਰਾਂ ਦੇ ਵਿੱਚ ਗੁੰਡੇ ਜਾ ਕੇ ਗੋਲੀਆਂ ਮਾਰੇ ਆਉਂਦੇ ਆ, ਦੁਕਾਨਾਂ 'ਤੇ ਬੈਠੇ ਆ, ਨਾਲੇ ਦੁਕਾਨਾਂ ਲੁੱਟ ਕੇ ਲੈ ਜਾਂਦੇ ਆ, ਨਾਲੇ ਬੰਦੇ ਮਾਰ ਜਾਂਦੇ ਆ। ਅਤੇ ਸਰਕਾਰ ਕਹਿੰਦੀ ਆ, ਹਰਿਆਣੇ ਦੇ ਵਿੱਚ ਮੁੱਖ ਮੰਤਰੀ ਕਹਿੰਦਾ ਫਿਰਦਾ ਕਿ ਰੰਗਲਾ ਪੰਜਾਬ ਆ ਜਿਹੜਾ ਬਾਨਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ, ਆ ਅਸੀਂ ਬਾਹਰਲੇ ਹਰਿਆਣੇ ਵਰਗੇ ਆ ਅਤੇ ਹੋਰ ਰਾਜਾਂ ਨੂੰ ਵਿਖਾਉਣੀ ਚਾਹੁੰਦੇ ਹਾਂ ਤਸਵੀਰ ਕਿ ਪੰਜਾਬ ਦੇ ਵਿੱਚ ਰੰਗਲਾ ਪੰਜਾਬ ਆ ਬਣ ਗਿਆ, ਕਿ ਇੱਥੇ ਕਰਪਟ ਇੰਨੀ ਵੱਧ ਗਈ ਆ ਕਰਪਸ਼ਨ ਕਿ ਮੁਲਾਜ਼ਮ ਹਰ ਵਰਗ ਦੇ ਮੁਲਾਜ਼ਮ
95% ਮੁਲਾਜ਼ਮ ਕਰਪਟ ਆ। ਜਦੋਂ ਸਰਕਾਰ ਕਰਪਟ ਆ, MLA ਕਰਪਟ ਆ, ਅਤੇ ਮੁਲਾਜ਼ਮ ਵੀ ਕਰਪਟ ਆ। ਉਹ ਤਾਂ ਪਹਿਲਾਂ ਹੀ ਸੀਗੇ, ਉਹ ਥੋੜ੍ਹੇ ਜਿਹੇ ਹੁਣ ਉਹਨਾਂ ਨੂੰ ਹੋਰ ਖੁੱਲ੍ਹ ਮਿਲ ਗਈ ਆ। ਸੋ ਇਹ ਰਲੀ ਮੁਲੀ ਭਗਤ ਦੇ ਨਾਲ ਇਹ ਕੰਮ ਕੀਤਾ ਜਾ ਰਿਹਾ। ਸਿਰਫ ਕੀ ਆ ਕਿ ਜਿਹੜਾ ਮੈਡਮ ਦੇ ਕੋਲ ਲਿਫਾਫਾ ਫੜਾਇਆ ਆਉਂਦਾ ਉਹਦੇ ਕਾਗਜ਼ ਸਹੀ ਹੋ ਜਾਂਦੇ ਆ, ਜਿਹਦਾ ਲਿਫਾਫਾ ਉੱਥੇ ਨਹੀਂ ਪਹੁੰਚਦਾ ਉਹਦੇ ਕਾਗਜ਼ ਰੱਦ ਕਰਾ ਦਿੰਦੇ ਆ। ਪਰ ਸਰਕਾਰ ਤਾਂ ਇਹ ਗੱਲ ਕਹਿੰਦੀ ਆ, ਮੁੱਖ ਮੰਤਰੀ ਕਹਿੰਦੇ ਕਿ ਪਹਿਲਾਂ ਵਾਲੇ ਕਾਂਗਰਸ ਨੇ ਬੜਾ ਤੱਕ ਕੀਤਾ, ਅਕਾਲੀਆਂ ਨੇ ਆਪਣੇ ਧੱਕੇ ਨਾਲ ਸਰਪੰਚ ਥੋਪੇ, ਅਤੇ ਫਿਰ ਕਹਿੰਦੇ ਅਸੀਂ ਇਹ ਕੁਝ ਨਹੀਂ ਕਰਾਂਗੇ, ਫਿਰ ਆਹ ਕੀ ਕੁਝ ਹੋ ਰਿਹਾ? ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ, ਅਕਾਲੀਆਂ ਨੇ ਵੀ ਕਾਗਜ਼ ਫੈਲਾਂ ਲੋਕਾਂ ਦੀਆਂ ਰੋਕੀਆਂ, ਕਾਂਗਰਸੀਆਂ ਨੇ ਵੀ ਰੋਕੀਆਂ, ਧੱਕਾ ਕੀਤਾ, ਤੁਹਾਨੂੰ ਕਾਹਦੇ ਹੱਥੇ ਚੁਣਿਆ ਸੀ? ਤੁਸੀਂ ਬਦਲਾਅ ਲੈ ਕੇ ਆਏ ਸੀ, ਤੁਸੀਂ ਤਾਂ ਫਿਰ ਆਪਦੇ ਮੂੰਹੋਂ ਹੀ ਮੰਨੀ ਜਾਂਦੇ ਹਾਂ ਕਿ ਬਦਲਾਅ ਅਸੀਂ ਨਹੀਂ ਕੁਛ ਕੀਤਾ, ਅਸੀਂ ਵੀ ਉਹਨਾਂ ਦੀ ਲੀਹ 'ਤੇ ਚੱਲ ਰਹੇ ਹਾਂ ਜਿਵੇਂ ਪਹਿਲਾਂ ਅਕਾਲੀ ਕਾਂਗਰਸ ਹੀ ਚੱਲਦੇ ਸੀ। ਪਰ ਇਹ ਅਕਾਲੀਆਂ ਕਾਂਗਰਸੀਆਂ ਨਾਲੋਂ 2 ਕਦਮ ਗਾਂਹ ਚੱਲੇ ਆ। ਉਹ ਕਿਵੇਂ ਚੱਲੇ ਆ? ਅਕਾਲੀਆਂ ਕਾਂਗਰਸੀਆਂ ਨੇ ਸਰਕਾਰੀ ਦਾਇਰੇ ਦੇ ਵਿੱਚ ਰਹਿ ਕੇ ਗੋਲੀਆਂ ਨਹੀਂ ਚਲਾਈਆਂ ਸੀ, ਇਹਨਾਂ ਨੇ ਸਰਕਾਰੀ ਦਾਇਰੇ ਦੇ ਵਿੱਚ ਮੌਜੂਦਗੀ ਪੁਲਿਸ ਦੀ ਵਿੱਚ ਗੋਲੀਆਂ ਚਲਾਈਆਂ, ਲੋਕਾਂ ਦੇ ਪੇਪਰ ਖੋਹ ਕੇ ਹੱਥਾਂ ਦੇ ਵਿੱਚੋਂ ਪਾੜੇ ਗਏ ਆ। ਸੋ ਇਹਨਾਂ ਨੇ 2 ਕਦਮ ਕਾਲੀਆਂ ਕਾਂਗਰਸੀਆਂ ਨਾਲੋਂ ਵੀ ਅੱਗੇ ਚੱਲੇ ਆ। ਜਿਹੜੇ ਹੁਣ ਸਰਪੰਚ ਬਣਾਏ ਗਏ ਆ ਪਿੰਡਾਂ ਦੇ ਵਿੱਚ, ਕਹਿੰਦੇ ਆ ਇਕੱਲੇ ਕਾਗਜ਼ ਰਹਿ ਗਏ, ਸਿੱਧਾ ਸਰਪੰਚ ਬਣ ਹੀ ਗਏ ਕਿਉਂਕਿ ਹੈ ਹੀ ਨਹੀਂ ਮੁਕਾਬਲੇ ਦੇ ਵਿੱਚ ਕੋਈ, ਅਤੇ ਉਹਨਾਂ ਨੂੰ ਪਿੰਡਾਂ ਵਾਲੇ ਸਵੀਕਾਰ ਕਰਨਗੇ, ਸਰਪੰਚ ਮੰਨਣਗੇ ਆਪਣਾ? ਮੈਂ ਉਹੀ ਕਹਿਣਾ ਚਾਹੁੰਦਾ ਕਿ ਉਹ ਜਿਹੜੇ ਸਰਪੰਚ ਆਪਦੇ ਆਪ ਨੂੰ ਸਰਪੰਚ ਸਮਝਦੇ ਆ ਆਮ ਆਦਮੀ ਵਾਲੇ, ਉਹਨਾਂ ਨੂੰ ਪਿੰਡਾਂ ਦੇ ਵਿੱਚ ਦੀਵਾਨੀ ਦੀ ਉਹਨਾਂ ਦੀ ਕਦਰ ਨਹੀਂ ਰਹਿਣੀਗੀ। ਇੱਕ ਤਾਂ ਜਿਹੜੇ ਪਤਾ ਹੁਣ ਸਾਫ਼ ਯਾਰ ਹੋ ਜਾਂਦਾ ਵੀ ਜਿਹੜਾ ਆਮ ਆਦਮੀ ਵਾਲਾ ਉਹਨੇ ਪੇਪਰ ਰੱਦ ਕਰਾਏ ਆ ਕਹਿ ਕੇ MLA ਨੂੰ, ਕਿਉਂਕਿ ਉਹਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਹੁਣ ਸਾਰਾ ਪਿੰਡ ਇੱਕ ਪਾਸੇ ਆ, 50 ਘਰ ਇੱਕ ਪਾਸੇ ਆ, ਤਾਂ ਫਿਰ ਉਹਨੂੰ ਸਵੀਕਾਰ ਲੋਕ ਕਿਵੇਂ ਕਰਨਗੇ? ਕਿਵੇਂ ਉਹਨੂੰ ਸਰਪੰਚ ਮੰਨ ਲੈਣਗੇ? ਇਹ ਕਦੇ ਵੀ ਨਹੀਂ ਹੋਣਾ। ਅਸੀਂ ਉਹਨਾਂ ਲੋਕਾਂ ਨੂੰ ਸਰਪੰਚ ਮੰਨਣਾ ਹੀ ਨਹੀਂ ਜਿਹੜੇ ਚੋਣ ਮੈਦਾਨ ਦੇ ਵਿੱਚ ਉੱਤਰ ਕੇ ਨਹੀਂ ਆਏ। ਜੇ ਮਰਦ ਦੇ ਪੁੱਤ ਆ ਵਾਕਿਆ ਤੁਹਾਡੀਆਂ ਲੱਤਾਂ ਭਾਰ ਚੱਲਦੀਆਂ, ਫਿਰ ਚੋਣਾਂ ਲੜੋ, ਤੁਹਾਨੂੰ ਅਗਲੇ ਵਿਖਾਉਣਗੇ ਕਿਵੇਂ ਖੁੱਡਾਂ ਦੇ ਵਿੱਚ ਵਾੜਦੇ ਆ, ਕਿਉਂਕਿ ਤੁਸੀਂ ਲੋਕਾਂ ਲਈ ਕੀਤਾ ਕੀ ਆ? ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਕੇ ਰੱਖਤੀਆਂ। ਇਹ ਇਹੋ ਜਿਹੀ ਕਰਪਟ ਸਰਕਾਰ ਆ, ਨਸ਼ਾ ਵਿਕਾਉਣ ਵਾਲਿਆਂ ਨੂੰ ਖੁੱਲ੍ਹ ਆ, ਚੋਰੀਆਂ ਕਰਨ ਵਾਲਿਆਂ ਨੂੰ ਖੁੱਲ੍ਹ ਆ, ਗੋਲੀਆਂ ਮਾਰਨ ਵਾਲਿਆਂ ਨੂੰ ਖੁੱਲ੍ਹ ਆ। ਜਿਹੜਾ ਇਹਨਾਂ ਉੱਤੇ ਆਵਾਜ਼ ਚੱਕਦੇ ਆ ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਦੇ ਆ, ਚਾਹੇ ਚਿੱਟਾ ਵੇਚਣ ਵਾਲਾ ਹੋਵੇ, ਚਾਹੇ ਗੋਲੀਆਂ ਦਾ ਵਿਰੋਧ ਕਰਨ ਵਾਲਾ ਹੋਵੇ। ਉਹਨਾਂ ਲੋਕਾਂ ਨੂੰ ਅੰਦਰ ਧੱਕਦੇ ਆ, ਅਤੇ ਜਿਹੜੇ ਇਹ ਕੰਮ ਕਰਦੇ ਆ 2 ਨੰਬਰ ਦੇ, ਉਹਨਾਂ ਨੂੰ ਸਰਕਾਰ ਆ ਜਿਹੜੀ ਖੁੱਲ੍ਹ ਦਿੰਦੀ ਆ। ਇੱਦੋਂ ਵੱਡੀ ਕਰਪਟ ਸਰਕਾਰ ਆ ਜਿਹੜੀ ਤੁਸੀਂ ਦੱਸਦੇ ਹੋ ਕਿੱਥੋਂ ਪੈਦਾ ਹੋ? ਤੁਸੀਂ ਕਹਿੰਦੇ ਸਰਪੰਚ ਲੋਕ ਜਿਹੜੇ ਮੰਨਣਗੇ ਨਹੀਂ, ਪਰ ਹੁਣ ਇੱਕ ਵਾਰ ਉਹ ਸਰਪੰਚ ਦਾ ਬਣ ਚੁੱਕੇ ਆ, ਮੋਹਰ ਉਹਨਾਂ ਨੂੰ ਮਿਲ ਜੂਗੀ, ਸੈਨ ਉਹਨਾਂ ਚੱਲਣਗੇ, ਪਰ ਸੈਨ ਕਰਵਾਉਣ ਮੋਹਰ ਲਵਾਉਣ ਨਾ ਜਾਓਗੇ ਉਹਨਾਂ ਦੇ ਕੋਲ? ਸਰਪੰਚ ਜਦੋਂ ਮੰਨਾਂਗੇ ਹੀ ਨਾ ਤਾਂ ਅਸੀਂ ਮੋਹਰ ਕੀ ਲਾਉਣ ਜਾਵਾਂਗੇ? ਸਾਡੀਆਂ ਹਜੇ ਲੱਤਾਂ ਦੇ ਵਿੱਚ ਵੀ ਜਾਨ ਆ, ਅਤੇ ਸਾਡੇ ਦੈਲਾ ਜਿਹੜੇ ਉਹ ਵੀ ਬੱਬਰ ਸ਼ੇਰਾਂ ਵਰਗੇ ਆ। ਅਸੀਂ ਲਗੌੜਾਂ ਤੋਂ ਡਰਨ ਵਾਲੇ ਲੋਕ ਨਹੀਂ, ਅਸੀਂ ਮੈਦਾਨ ਦੇ ਵਿੱਚ ਖੜ੍ਹਨ ਵਾਲੇ ਹਾਂ। ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਹਾਂ। ਜੇ ਬਾਬਾ ਬੰਦਾ ਸਿੰਘ ਬਹਾਦਰ ਡਾਂਗ ਖੜਕਾ ਕੇ ਜ਼ਮੀਨਾਂ ਦੇ ਮਾਲਕ ਬਣਾ ਸਕਦਾ ਸੀ, ਤਾਂ ਫਿਰ ਝੰਡੇ ਦੇ ਵਿੱਚ ਡੰਡਾ ਸਾਡਾ ਮੋਦੀ ਨੂੰ ਝੁਕਾਉਣ ਵਾਲਾ ਉਹ ਤਾਂ ਝੰਡਾ ਅਤੇ ਡੰਡਾ ਤਿਆਰ ਪਿਆ, ਉਹ ਝੰਡਾ ਡੰਡਾ ਲੈ ਕੇ ਇੱਥੇ ਆ ਗਏ ਹਾਂ। ਸੜਕਾਂ ਜਾਮ ਕਰਨੀਆਂ ਪਈਆਂ, ਸੜਕਾਂ ਜਾਮ ਕਰਾਂਗੇ। ਜੇ ਇਹਨਾਂ ਦੇ MLA MPਆਂ ਦੇ ਘਰ ਰੋਕਣੇ ਪਏ ਉਹ ਰੋਕਾਂਗੇ, ਜਿੰਨਾ ਚਿਰ ਇਹ ਕਾਗਜ਼ ਬਹਾਲ ਨਹੀਂ ਹੁੰਦੇ। ਇਹਨਾਂ ਦੇ ਮਾੜੇ ਦਿਨ ਅੱਜ ਤੋਂ ਸ਼ੁਰੂ ਹੋ ਗਏ ਆ। ਇਹ ਆਉਣ ਵਾਲੇ ਟਾਈਮ ਦੇ ਵਿੱਚ ਇੰਨੇ ਮਾੜੇ ਦਿਨ ਇਹਨਾਂ ਦੇ ਆ ਜਾਣੇ ਆ ਕਿ ਜਿਵੇਂ ਇਹ ਭਗਵੰਤ ਮਾਨ ਅਕਾਲੀ ਦਲ ਨੂੰ ਆਉਂਦਾ ਕਿ ਸਕੂਟਰ 'ਤੇ ਜਾਵੜਿਆ ਕਰੋ, ਇਹਨੇ ਇਹ ਸਾਈਕਲ 'ਤੇ ਜਾਣ ਵਾਲੇ ਕਰਦੇ ਨੇ ਲੋਕਾਂ ਨੇ, ਇਹਨਾਂ ਕੋਲ ਸਕੂਟਰ ਵੀ ਨਹੀਂ ਰਹਿਣਾ, ਇਹਨਾਂ ਦੇ ਪੱਲੇ ਇੱਕਾ ਦੁੱਕਾ ਹੀ ਆਉਣਾ। ਸੋ ਇਸ ਕਰਕੇ ਸਰਕਾਰ ਨੂੰ ਤੁਰੰਤ ਜਿਹੜਾ ਇਹਨਾਂ ਨੇ ਕੰਮ ਕੀਤਾ ਉਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ, ਸਾਰੇ ਕਾਗਜ਼ਾਂ ਜਿਹੜੇ ਬਹਾਲ ਕਰਨੇ ਚਾਹੀਦੇ ਆ, ਨਹੀਂ ਇਹਦੇ ਰਿਜ਼ਲਟ ਆ ਜਿਹੜੇ ਸਰਕਾਰ ਭੁਗਤਣ ਲਈ ਤਿਆਰ ਹੋ ਜਾਵੇ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ ਜੀ।